ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਅੱਜ ਕੱਲ ਬਾਹਰ ਮੈਨੂੰ ਖਬਰ ਆਈ ਹੈ ਪੰਜਾਬ ਤੋਂ ਅੱਗ ਵਾਂਗੂ ਫੈਲੀ ਹੈ ਕਿ ਜਿੱਥੇ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਸੜਕ ਤੇ ਜਾਂਦੇ ਆ ਕਤਲ ਕਰ ਦਿੱਤਾ ਗਿਆ ਕਈ ਵਾਰੀ ਤੁਸੀਂ ਸੋਚੋਗੇ ਅਸੀਂ ਤੇ ਧਾਰਮਿਕ ਲੋਕ ਆ ਪ੍ਰਚਾਰ ਕਰਨ ਵਾਲੇ ਲੋਕ ਆ ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਅਸੀਂ ਇਹਨਾਂ ਗੌਣਾਂ ਵਾਲਿਆਂ ਦੇ ਜੀਣ ਜਾਂ ਮਰਨ ਤੋਂ ਕੀ ਲੈਣਾ ਪਰ ਵੀਰੋ ਉਹਦੇ ਜੇ ਮੈਂ ਗੌਣ ਨਾਲ ਕੁਝ ਨਹੀਂ ਨਾ ਲੈਣਾ ਪਰ ਮੈਂ ਉਹਦੇ ਟੜਕਦੇ ਦਿਲ ਨਾਲ ਤਾਂ ਮੈਨੂੰ ਵੀ ਪਿਆਰ ਹੈ ਚੱਲਦੇ ਸਾਹਾਂ ਨਾਲ ਤਾਂ ਮੈਂ ਵੀ ਪਿਆਰ ਕਰਦਾ ਇਨਸਾਨੀਅਤ ਨਾਲ ਤਾਂ ਮੈਂ ਪਿਆਰ ਕਰਦਾ ਬੰਦਾ ਜਿਉਂਦਾ ਰਵੇ ਇਹ ਤਾਂ ਚੁੰਨਾ ਮੈਂ ਮੈਂ ਤਾਂ ਕੁੱਤਾ ਵੀ ਨਹੀਂ ਚਾਹੁੰਦਾ ਕੋਈ ਮਰੇ ਕਿਸੇ ਦਾ ਇਸ ਗੱਲ ਦਾ ਤੇ ਦਰਦ ਹੈ ਨਾ ਅੰਦਰ ਨਾਲੇ ਉਹ ਬੱਚਾ ਕਿਸ ਤਰ੍ਹਾਂ ਦੇ ਗੀਤ ਗਾਉਂਦਾ ਸੀ ਮੈਂ ਬਹੁਤੇ ਨਹੀਂ ਸੁਣੇ ਪਰ ਮੇਰੇ ਨਾਲ ਕਈ ਵਾਰੀ ਉਹ ਬੰਦਾ ਫੋਨ ਤੇ ਗੱਲ ਕਰਦਾ ਸੀ ਕਿ ਨੂੰ ਪਿੱਛੇ ਮਿਲਣ ਆਇਆ ਇੰਨਾ ਕੋਮਲ ਮਨ ਕੋਮਲ ਦਿਲ ਉਹਦੇ ਅੰਦਰ ਇੱਕ ਦਰਦਵੰਦ ਦਰਦਾਂ ਦਾ ਭਰਿਆ ਹੋਇਆ ਪਿਆਰ ਦਾ ਭਰਿਆ ਹੋਇਆ ਦਿਲ ਸੀ ਉਹਦੇ ਅੰਦਰ ਤੇ ਅੱਜ ਪਤਾ ਮੈਨੂੰ ਕਿੰਨਾ ਦੁੱਖ ਲੱਗ ਰਿਹਾ ਦੋ ਘੰਟੇ ਦੀ ਉਹਦੇ ਨਾਲ ਮਿਲਣੀ ਨੇ ਮੇਰਾ ਮਨ ਇੰਨਾ ਮੋਇਆ ਸੀ ਜਿੱਦਾਂ ਮੇਰੇ ਤੇ ਅਟੈਕ ਹੋਇਆ ਸੀ ਨਾ 17 ਮਈ 2016 ਚ ਅੱਜ ਲੱਗਦਾ ਜਿਵੇਂ ਮੇਰੇ ਤੇ ਦੁਬਾਰਾ ਅਟੈਕ ਹੋਇਆ ਹੋਵੇ ਉਨਾ ਹੀ ਦੁੱਖ ਲੱਗ ਰਿਹਾ ਅੱਜ ਮੈਨੂੰ ਕਿਸੇ ਦੇ ਸਾਹ ਰੋਕ ਦੇਣੇ ਤੇ ਕੋਈ ਹੱਲ ਨਹੀਂ ਇਸਦੀ ਜਾਨ ਖੋ ਲੈਣੀ ਤਾਂ ਕੋਈ ਹੱਲ ਨਹੀਂ ਹੋਣ ਵਾਲੀ ਪਤਨੀ ਨੂੰ ਪਹਿਲਾਂ ਹੀ ਵਿਧਵਾ ਬਣਾ ਦੇਣਾ ਇਹ ਤਾਂ ਕੋਈ ਹੱਲ ਨਹੀਂ ਮਾਦਾ ਪੁੱਤ ਖੋ ਲੈਣਾ ਤਾਂ ਕੋਈ ਹੱਲ ਨਹੀਂ ਪਿਓ ਦਾ ਲਖਤੇ ਜਿਗਰ ਖੋ ਲੈਣਾ ਤਾਂ ਕੋਈ ਹੱਲ ਨਹੀਂ ਕਰੋੜਾ ਬੰਦੇ ਨੂੰ ਪਿਆਰ ਕਰਦੇ ਸੀ ਉਹਨੂੰ ਖੋ ਲੈਣਾ ਇਹ ਤਾਂ ਕੋਈ ਹੱਲ ਨਹੀਂ ਮੈਂ ਨਹੀਂ ਸੁਣਿਆ ਕਿ ਸਿੱਧੂ ਨੇ ਫਲਾਣੇ ਬੰਦੇ ਦਾ ਕਤਲ ਕੀਤਾ ਇਹ ਮਾਰਣ ਜਾਂਦਾ ਸੀ ਬੋਲਦਾ ਸੀ ਗੱਲ ਕਰਦਾ ਸੀ ਗਾਉਂਦਾ ਸੀ ਗਾਉਣ ਦਾ ਜਵਾਬ ਗਾਉਣ ਨਾਲ ਦਿੱਤਾ ਜਾਂਦਾ ਬੋਲਣ ਦਾ ਜਵਾਬ ਬੋਲਣ ਨਾਲ ਦਿੱਤਾ ਜਾਂਦਾ ਪਰ ਇੱਕ ਬੋਲਦਾ ਹੈ ਅਗਲਾ ਦੂਸਰਾ ਹਥਿਆਰ ਨਾਲ ਜਵਾਬ ਦਿੰਦਾ ਇਹ ਕਿੱਧਰ ਦਾ ਇਨਸਾਫ ਹੈ ਕੀ ਹੋ ਗਿਆ ਸਾਲੂ ਤੇ ਮੈਂ ਦੱਸਾਂ ਤੁਹਾਨੂੰ ਵੀਰੋ ਮੂਸੇ ਵਾਲੇ ਦਾ ਕਸੂਰ ਕੀ ਸੀ ਉਹਦਾ ਇੱਕ ਕਸੂਰ ਸੀ ਉਸ ਬੰਦੇ ਦੀ ਚੜ੍ਹਾਈ ਬਹੁਤ ਸੀ ਉਹ ਬੰਦਾ ਕਿਸੇ ਤੋਂ ਦਬਦਾ ਨਹੀਂ ਸੀ ਉਹਦਾ ਕਸੂਰ ਇਹ ਸੀ ਉਹ ਜਿੱਦੀ ਸੀ ਉਹਦਾ ਕਸੂਰ ਇਹ ਸੀ ਉਹ ਇਕੱਲੇ-ਇਕੱਲੇ ਦੀ ਚਾਪਲੂਸੀ ਨਹੀਂ ਸੀ ਕਰਦਾ ਉਹਦਾ ਕਸੂਰ ਇਹ ਸੀ ਉਹ ਭੀੜ ਤੋਂ ਵੱਖਰਾ ਸੀ ਭੀੜ ਚਾਹੁੰਦੀ ਏ ਸਾਡੇ ਨਾਲ ਰਲ ਕੇ ਚੱਲੋ ਤੇ ਜਿਹੜਾ ਭੀੜ ਤੋਂ ਵੱਖਰਾ ਚੱਲੇਗਾ हट ਕੇ ਚੱਲੇਗਾ ਇਹ ਭੀੜ ਉਹਦੇ ਨਾਲ ਇਦਾਂ ਹੀ ਕਰੇਗੀ ਕਰੋੜਾ ਉਹਦੇ ਫੈਨ ਹੋਣਗੇ ਪਰ ਉਹਦੇ ਵਰਗੇ ਉਹਦੇ ਫੈਨ ਨਹੀਂ ਸਨ ਉਹਦੇ ਫੀਲਡ ਦੇ ਦਿਨੋ بڑے ਬੰਦੇ ਨਫ਼ਰਤ ਕਰਦੇ ਸੀ ਕਹਿੰਦੇ ਜਿੱਦਣ ਤੋਂ ਆਇਆ ਸਾਡੀ ਰੋਜੀ ਰੋਟੀ ਬੰਦ ਹੋ ਗਈ ਇਹਦੀ ਵੀ ਬੱਲੇ ਬੱਲੇ ਕਈ ਵਾਰੀ ਨਾ ਬੰਦਾ ਖੁਦ ਬਹੁਤ ਸਤਕਾਰ ਚ ਹੁੰਦਾ ਪਰ ਦੂਜਾ ਜਦੋਂ ਉੱਤੇ ਆਕਾਸ਼ਾਂ ਚੜਦਾ ਹੈ ਬਰਦਾਸ਼ਤ ਨਹੀਂ ਹੁੰਦਾ ਸਾਡੇ ਪੰਜਾਬੀਆਂ ਚ ਸਾਡੇ ਲੋਕਾਂ ਚ ਧਰਮ ਵਿੱਚ ਸਮਾਜ ਵਿੱਚ ਰਾਜਨੀਤੀ ਵਿੱਚ ਗੌਣ ਵਾਲਿਆਂ ਚ ਜਿਹੜਾ ਜਿਹੜਾ ਉੱਪਰ ਗਿਆ ਇਹਨਾਂ ਨੇ ਚੱਕ ਕੇ ਥੱਲੇ ਲਾਇਆ ਲਾਓ ਥੱਲੇ ਆਪਣੀ ਕੁਆਲਿਟੀ ਨਾਲ ਪਰ ਕਤਲ ਕਰਨਾ ਯਾਰ ਕਿੱਧਰ ਦੀ ਸੋਚ ਹੋਈ ਬੰਦੇ ਨੂੰ ਮਾਰ ਦੇਣਾ ਇਹ ਕਿੱਧਰ ਦੀ ਸੋਚ ਹੋਈ ਇੱਥੇ ਵੇਖਦਾ ਛੜਕਾਂ ਤੇ ਜਾਂਦੇ ਆ ਕਿਸੇ ਨੂੰ ਨਾ ਇੱਥੇ ਜਾਨਵਰ ਵੀ ਲੰਘਦਾ ਬਿੱਲੀ ਵੀ ਲੰਘਦੀ ਹੈ ਕਹਿੰਦੇ ਹਟ ਨਾ ਕਰ ਜਾਏ ਯਾਰ ਤਕਲੀਫ ਨਾ ਹੋ ਜਾਏ ਪਰ ਉਸ ਬੰਦੇ ਕੋਲ ਤੇ ਬੜਾ ਕੋਮਲ ਦਿਲ ਸੀ ਯਾਰ ਕੁਝ ਵੀ ਨਹੀਂ ਸੀ ਅਜੇ ਤੋ ਅਮਰ ਆਪਣੀ ਕੁਆਲਿਟੀ ਲਿਆਉਂਦੇ ਅੱਗੇ ਵਧਦੇ ਉੱਥੇ-ਉੱਥੇ ਸ਼ੋਅ ਕਰਦੇ ਜਿੱਥੇ ਉਹ ਕਰਕੇ ਆਇਆ ਸੀ ਇਸ ਗੱਲ ਦਾ ਦੁੱਖ ਹੈ ਅੱਜ ਕਿੱਦਾਂ ਦੇ ਪੰਜਾਬੀ ਬਣ ਰਹੇ ਆ ਸੀ ਹੋ ਸਕਦਾ ਹੈ ਬੰਦਾ ਰਾਜਨੀਤੀ ਗੰਦੀ ਰਾਜਨੀਤੀ ਉਹਦੀ ਭੇਟ ਚੜ ਗਿਆ ਹੋਵੇ ਦੋ ਗੱਲਾਂ ਕਹਾਂਗਾ ਸਰਕਾਰ ਨੂੰ ਵੀ ਦੋਨੇ ਗੱਲਾਂ ਇਕੱਠੀਆਂ ਸੁਣਿਓ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਕਿੱਥੇ ਹੈ ਤੇ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਹੈ ਇੱਕ ਗੱਲ ਤੇ ਨਾ ਤੇ ਸਵਾਲੀਆ ਚਿੰਨ ਹੈ ਪਰ ਨਾਲ ਇਹ ਵੀ ਸੋਚਣਾ ਪੈਣਾ ਹੈ ਆ ਦੂਜੀਆਂ ਪਾਰਟੀਆਂ ਉਹ ਵੀ ਤੇ ਚਾਉਂਦੀਆਂ ਨੇ ਕਿ ਪੰਜਾਬ 'ਚ ਗੰਦ ਪਵੇ ਪਤਾ ਲੱਗੇ ਵੀ ਪੰਜਾਬ 'ਚ ਹਿੱਲਿਆ ਪਿਆ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਇਹ ਦੂਜੇ ਵੀ ਚਾਹੁੰਦੇ ਨੇ ਕੀ ਪਤਾ ਕਿਸ ਬੰਦੇ ਦੀ ਗੰਦੀ ਰਾਜਨੀਤੀ ਦੀ ਇਹ ਭੇਡ ਚੜਿਆ ਹਰ ਮੈਂ ਕਿਹੜਾ ਚਾਹੁੰਦਾ ਵੀ ਅੱਜ ਨਾ ਰੋਣਾ ਲੋਕ ਚਾਹੇ ਉਹ ਪੰਜਾਬੀ ਨਹੀਂ ਉਹਨਾਂ ਨੂੰ ਅੱਜ ਇੰਨਾ ਦੁੱਖ ਲੱਗਿਆ ਇੰਨੀ 6:00 ਵਜੇ ਕਿ ਇਹ ਦੱਸਿਆ ਨਹੀਂ ਜਾ ਸਕਦਾ ਮੈਂ ਹੀ ਕਈ ਬੰਦਿਆਂ ਨਾਲ ਮੈਨੂੰ ਫੋਨ ਆਏ ਆ ਰੋ ਰੋ ਕੇ ਗੱਲ ਕਰਦੇ ਉੱਚੀ ਉੱਚੀ ਰੋ ਰਹੇ ਆ ਇਹ ਲੱਗਦਾ ਹੈ ਕਈਆਂ ਨੂੰ ਵਿੱਚ ਸਾਡਾ ਭਰਾ ਵਰ ਗਿਆ ਹੁੰਦਾ ਮਿਲੇ ਵੀ ਕਦੀ ਯਾਰ ਅਮਰੀਕਾ ਕੈਨੇਡਾ ਦੇ ਏਡੇ ਏਡੇ ਬੱਚੇ ਐਦਾਂ ਰੋ ਰਹੇ ਐ ਜਿਵੇਂ ਉਹਨਾਂ ਦਾ ਕੋਈ ਖਾਸ ਵਰ ਗਿਆ ਤੁਰ ਗਿਆ ਯਾਰ ਸੰਸਕਾਰ ਹੋ ਜਾਏਗਾ ਕੱਲ ਨੂੰ ਭੋਗ ਪੇਪੀ ਪੈ ਜਾਏਗਾ ਪਰ ਆਪਣੀ ਕੁਆਲਿਟੀ ਨਾਲ ਬੜੀ ਦਾ ਹੁੰਦਾ ਅੱਗੇ ਲੱਗੀਦਾ ਯਾਰ ਮਾਰ ਦੇਣਾ ਕਿਸੇ ਦਾ ਹੱਲ ਨਹੀਂ ਲੱਖਾਂ ਦੁਸ਼ਮਣੀਆਂ ਹੋਣ ਯਾਰ ਜੇ ਗੱਲ ਕਰਦਾ ਸੀ ਤੇ ਗੱਲ ਦਾ ਜਵਾਬ ਗੱਲ ਨਾਲ ਦੇ ਦਿਓ ਤੜਰੀਆ ਵਾਲਾ ਧਰਮ ਬਾਰੇ ਬੋਲੇ ਇਹ ਕਹੋ ਇਨਸਾਨੀਅਤ ਬਾਰੇ ਬੋਲੇ ਦਿਲ ਟੜਕਦਾ ਟੜਕਣ ਦਿਓ ਸਾਹ ਚੱਲਦੇ ਨੇ ਚੱਲਣ ਦਿਓ ਦੁੱਧ ਮੱਖਣ ਨਾਲ ਮਾਂ ਨੇ ਪਾਲਿਆ ਸਾਢੇ 6 ਫੁੱਟ ਦਾ ਪੁੱਤ ਉਹਦਾ ਹਜ਼ਾਰਾਂ ਚ ਤੁਰਦਾ ਸੀ ਐ ਲੱਗਦਾ ਸੀ ਵੀ ਉਹ ਤੁਰਿਆ ਹੁੰਦਾ ਕੋਈ ਬੰਦਾ ਜਿਹਦੇ ਨਾਲ ਮੰਗਿਆ ਸੀ ਉਹਨੂੰ ਪੁੱਛ ਕੇ ਵੇਖੋ ਅੱਜ ਯਾ ਉਹਨੂੰ ਪੁੱਛ ਕੇ ਵੇਖੋ। ਪਿੰਡ ਨੂੰ ਪੁੱਛ ਕੇ ਵੇਖੋ ਵੀ ਬੱਦਾ ਕਿੱਦਾਂ ਦਾ ਸੀ। ਮੈਂ ਦੇਖਿਆ। ਗੱਲਾਂ ਕੀਤੀਆਂ ਬੈਠ। ਦੁੱਖ ਲੜ ਕੇ ਰਿਆ। ਫਿਰ ਕਈ ਵਾਰੀ ਸੋਚੀ ਤਾਂ ਕਿ ਪੰਜਾਬ ਦੀ ਗੱਲ ਕਰਦੇ ਆਂ ਅਸੀਂ। ਅਸੀਂ ਰਾਖੇ ਆ, ਅਸੀਂ ਬਚਾਉਂਦੇ ਰਹੇ ਆ। ਉਹ ਨਹੀਂ ਯਾਰ ਜਿਹੜਾ ਮੜਾ ਜਾਂ ਉੱਪਰ ਜਾਂਦਾ ਸੀ ਥੱਲੇ ਲਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ। ਕਿਹੜੀ ਕਸਰ ਛੱਡਦੇ ਆਸੀਂ ਆਪਣੇ ਵਿੱਚ ਕੁਆਲਿਟੀ ਪੈਦਾ ਕਰਨ ਦੀ بجائے ਦੂਜੇ ਦੀਆਂ ਲੱਤਾਂ ਖਿੱਚਣ ਤੇ ਜ਼ੋਰ ਲਾ ਦਿੰਦੇ ਆ ਇਹ ਅੱਗੇ ਗਿਆ ਤੇ ਗਿਆ ਕਿਵੇਂ ਇਹ ਉੱਪਰ ਪਹੁੰਚਿਆ ਤੇ ਪਹੁੰਚਿਆ ਕਿਵੇਂ ਪਰ ਇਹ ਕੰਮ ਨਹੀਂ ਇਹ ਕੋਈ ਤਰੀਕਾ ਨਹੀਂ ਹੁੰਦਾ ਤਰੀਕਾ ਹੁੰਦਾ ਆਪਣੇ ਅੰਦਰ ਕੁਆਲਿਟੀ ਪੈਦਾ ਕਰਕੇ ਉੱਥੇ ਤੱਕ ਪਹੁੰਚਾ ਬੁਝ ਗਿਆ ਕਿਸੇ ਦੇ ਘਰ ਦਾ ਦੀਵਾ ਖੁਸ਼ ਹੋ ਜੋ ਜਗਾ ਲੋ ਦੀਵੇ ਉਹ ਕਹਿੰਦਾ ਸੀ ਨਾ ਪਿੱਛੇ ਜਿਵੇਂ ਮੈਂ ਤੇ ਮੇਰਾ ਜਨੱਜਾ ਉੱਠਣਾ ਜਵਾਨੀ ਚ ਕਹਿੰਦੇ ਆ ਸਾਤਾ ਜੋਬੜ ਉੱਤੇ ਮਰਨਾ ਉਹ ਗੱਲਾਂ ਪੂਰੀਆਂ ਹੋ ਗਈਆਂ ਅੱਜ ਦੁੱਖ ਹੈ ਠੀਕ ਹੈ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਪਰ ਗੁਰਬਾਣੀ ਇਹ ਥੋੜਾ ਕਹੀਦੀ ਲੋਕਾਂ ਨੂੰ ਮਾਰੋ ਖੁੱਲ ਕੇ ਬੋਲੋ ਸਾਰੇ ਬੋਲੋ ਯਾਰ ਬੰਦੇ ਨਾ ਮਾਰੋ ਬੰਦੇ ਨਾ ਮਾਰੋ ਕਿਸੇ ਦਾ ਪੁੱਤ ਨਾ ਮਾਰੋ ਕਿਸੇ ਦਾ ਭਰਾ ਨਾ ਮਾਰੋ ਕਿਸੇ ਦਾ ਦੋਸਤ ਨਾ ਮਾਰੋ ਕਿਸੇ ਕੁੱਤੇ ਨੂੰ ਵੀ ਨਾ ਮਾਰੋ ਯਾਰ ਬੰਦੇ ਨਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ